ਹੁਣ ਜਦੋਂ ਮੈਂ ਦੇਖਦਾ ਕਿ ਘਰਾਂ ਦੇ ਵਿੱਚ ਸਾਡੀਆਂ ਪ੍ਰੋਬਲਮਸ ਕੀ ਹੈ, ਤੁਸੀਂ ਦੇਖੋ ਅਸੀਂ ਬਹੁਤ ਚੰਗੇ ਹੁੰਦੇ ਹਾਂ ਜਦੋਂ ਅਸੀਂ ਬਾਹਰ ਹੁੰਦੇ ਹਾਂ, ਜਦੋਂ ਅਸੀਂ ਬਾਹਰ ਜਾਂਦੇ ਹਾਂ ਲੋਕਾਂ ਨਾਲ ਬੜਾ ਨਾਈਸ ਬਿਹੇਵ ਕਰਦੇ ਹਾਂ, ਬੜਾ ਕਾਇੰਡ ਬਿਹੇਵ ਕਰਦੇ ਹਾਂ, ਲੋਕਾਂ ਨਾਲ ਪੋਲਾਈਟ ਗੱਲ ਕਰਦੇ ਹਾਂ, ਗੱਲ ਬੜੀ ਸੋਚ ਸਮਝ ਕੇ ਸੁਲਝ ਕੇ ਕਰਦੇ ਹਾਂ, ਐਂਡ ਬਾਏ ਦਾ ਟਾਈਮ ਵੀ ਐਂਟਰ ਇਨ ਟੂ ਆਰ ਹਾਊਸ, ਅਸੀਂ ਉਹ ਗੇਟ ਅੰਦਰ ਦਰਵਾਜ਼ੇ ਦੇ ਅੰਦਰ ਹੀ ਹੁੰਦੇ ਹਾਂ, ਐਂਡ ਵੀ ਸਟਾਰਟ ਟੂ ਸੀ ਐਂਡ ਫੇਸ ਦਾ ਥਿੰਗਸ ਇਨ ਅ ਡਿਫਰੈਂਟ ਵੇ। ਆਪਣਾ ਘਰ ਦਾ ਕੋਈ ਜੀਅ ਹੁੰਦਾ ਤਾਂ ਸਾਨੂੰ ਗੁੱਸਾ ਚੜ੍ਹ ਜਾਂਦਾ, ਤਹਿਸ ਚੜ੍ਹ ਜਾਂਦੀ ਹੈ, ਤੁਸੀਂ ਡਿਫਰੈਂਟ ਤਰੀਕੇ ਨਾਲ ਬਿਹੇਵ ਕਰਦੇ ਹੋ, ਤੁਸੀਂ ਇੰਝ ਬਿਹੇਵ ਕਰਦੇ ਹੋ, ਬੜੇ ਸੜੇ ਸੜੇ ਹੁੰਦੇ ਹੋ, ਐਂਡ ਤੁਸੀਂ ਉਸ ਬੰਦੇ ਨੂੰ ਇੱਕ ਅਪਨੋਕਸ਼ਿਸ ਜਿਹੀ ਲੁੱਕ ਦਿੰਦੇ ਹੋ, ਉਹਦੇ ਨਾਲ ਅੱਖਾਂ ਨਾਲ ਅੱਖਾਂ ਨਹੀਂ ਮਿਲਾਉਂਦੇ, ਉਸ ਬੰਦੇ ਤੋਂ ਸਕੇਪ ਜਿਹਾ ਕਰਦੇ ਹੋ, ਜੇ ਉਹ ਇੱਧਰ ਹੋਏ ਤਾਂ ਤੁਸੀਂ ਉੱਧਰ ਜਾ ਕੇ ਬੈਠ ਜਾਂਦੇ ਹੋ, ਉੱਧਰ ਹੋਏ ਤੁਸੀਂ ਉੱਧਰ ਜਾ ਕੇ ਬੈਠ ਜਾਂਦੇ ਹੋ, ਫਿਰ ਤੁਸੀਂ ਉਹਦੇ ਨਾਲ ਡਿਸਰਿਸਪੈਕਟ ਕਰਦੇ ਹੋ, ਫਿਰ ਤੁਸੀਂ ਉੱਚੀ ਆਵਾਜ਼ 'ਚ ਗੱਲ ਕਰਦੇ ਹੋ, ਫਿਰ ਕਿਤੇ ਨਾ ਕਿਤੇ ਤੁਸੀਂ ਇਨਸਲਟ ਵੀ ਕਰ ਲੈਂਦੇ ਹਾਂ ਆਪਾਂ। ਮਤਲਬ ਅਸੀਂ ਇਹ ਸਮਝਦੇ ਹਾਂ ਕਿ ਹੁਣ ਇਹ ਬੰਦਾ ਆ ਗਿਆ ਨਾ, ਹੁਣ ਘਰ ਆ ਗਿਆ, ਹੁਣ ਅਸੀਂ ਆਪਣੀ ਮਤਲਬ ਉਹ ਸਾਰੀ ਜਿਹੜੀ ਬਾਹਰ ਦੀ ਜਿਹੜੀ ਸਾਡੀ ਪੁਰਾਣੀ ਆਦਤ ਹੈ ਨਾ ਉਹ ਆ ਜਾਂਦੀ ਹੈ। ਇਹਦਾ ਮਤਲਬ ਹੈ ਕਿ ਵੀ ਆਰ ਫੁੱਲੀ ਅਵੇਅਰ ਆਫ ਕਿ ਅਸੀਂ ਕਿਸ ਐਕਸਪੀਰੀਅੰਸ ਨੂੰ ਕਿਸ ਤਰੀਕੇ ਨਾਲ ਕਰਨਾ। ਬਾਹਰ ਅਸੀਂ ਨਾਈਸ ਹੋਈਏ ਅਤੇ ਉਸੇ ਵੇਲੇ ਉਸ ਇੱਕ ਦਲੀਜ ਪਾਰ ਕਰਦਿਆਂ ਤੁਹਾਡਾ ਰਵੱਈਆ ਚੇਂਜ ਹੋ ਜਾਵੇ। ਹਾਲਾਂਕਿ ਜਿੱਥੇ ਇੰਪੋਰਟੈਂਟ ਹੈ ਬਾਹਰ, ਸਾਨੂੰ ਕੀ ਵੱਧ ਤੋਂ ਵੱਧ ਕੀ ਗੇਨ ਮਿਲੇਗਾ? ਕੋਈ ਐਪਰੀਸ਼ੀਏਟ ਕਰ ਦੇਗਾ, ਕੋਈ ਮੋਨੀਟਰੀ ਤੁਹਾਨੂੰ ਗੇਨ ਦੇ ਦੇਗਾ, ਕੋਈ ਤੁਹਾਨੂੰ ਕਹਿ ਦੇਗਾ ਚੱਲ ਯਾਰ ਵਧੀਆ ਇਨਸਾਨ ਹੈ। ਪਰ ਜਿੱਥੇ ਤੁਹਾਨੂੰ ਸਭ ਕੁਛ ਮਿਲਣਾ, ਮਤਲਬ ਮਾਂ ਪਿਓ ਜਿਹਨੇ ਸਭ ਕੁਛ ਦਿੱਤਾ, ਐਂਡ ਪੇਰੈਂਟਸ ਜਿਨ੍ਹਾਂ ਨੇ ਸਭ ਕੁਛ ਕੰਟਰੀਬਿਊਟ ਕੀਤਾ, ਫਿਰ ਉਸ ਤੋਂ ਬਾਅਦ ਵਾਈਫ, ਫਿਰ ਬੱਚੇ, ਜਿਹੜੀ ਕਿ ਤੁਹਾਡੇ ਨਾਲ ਇੰਨੇ ਜ਼ਿਆਦਾ ਰਿਲੇਟਡ ਹੈ ਕਿ ਇਹਨਾਂ ਦਾ ਨਾਰਾਜ਼ ਹੋਣਾ ਜਾਂ ਇਹਨਾਂ ਦਾ ਤੁਹਾਡੇ ਨਾਲ ਕਾਇੰਡ ਹੋਣਾ ਜਾਂ ਇਹਨਾਂ ਵਾਸਤੇ ਤੁਹਾਨੂੰ ਕਾਇੰਡ ਹੋਣਾ, ਮਤਲਬ ਲਾਈਫ ਐਂਡ ਡੈਥ ਦਾ ਸਵਾਲ ਹੈ। ਮਤਲਬ ਇਹ ਤਾਂ ਕੋਈ ਗੱਲ ਹੀ ਨਹੀਂ ਹੈ ਕਿ ਯੂ ਕੈਨ ਬੀ ਵੈਰੀ ਕੈਜੂਅਲ ਵਿਦ ਯੂਅਰ ਫੈਮਿਲੀ, ਐਂਡ ਜਦੋਂ ਫੈਮਿਲੀ ਆਏ ਤਾਂ ਤੁਸੀਂ ਆਪਣੀ ਮਤਲਬ ਟਿਟ ਫੋਰ ਟੈਟ ਕਰਨਾ ਸ਼ੁਰੂ ਕਰ ਦਿਓ। ਐਂਡ ਇਹਦੇ ਵਿੱਚ ਨਾ ਤੁਸੀਂ ਇੱਕ ਬਹੁਤ ਹੀ ਵੱਡਾ ਅਸੂਲ ਦੇਖੋਗੇ ਜਿਹੜਾ ਕਿ ਸਾਡਾ ਪਰਸੈਪਸ਼ਨ ਗਲਤ ਹੈ। ਪਰਸੈਪਸ਼ਨ ਸਾਡਾ ਇਹ ਗਲਤ ਹੈ ਕਿ ਅਸੀਂ ਜਦੋਂ ਨਾਈਸ ਹੁੰਦੇ ਹਾਂ ਤਾਂ ਅਸੀਂ ਇਹ ਐਕਸਪੈਕਟ ਕਰਦੇ ਹਾਂ ਕਿ ਅਗਲਾ ਬੰਦਾ ਸਾਡੇ ਨਾਲ ਨਾਈਸ ਹੋਵੇ। ਜਦੋਂ ਸਾਨੂੰ ਇਹ ਪਰਸੈਪਸ਼ਨ ਚੇਂਜ ਹੋ ਗਿਆ ਨਾ ਕਿ ਅਸੀਂ ਨਾਈਸ ਇਸ ਕਰਕੇ ਨਹੀਂ ਹੋਣਾ, ਅਸੀਂ ਕਾਇੰਡ ਇਸ ਕਰਕੇ ਹੋਣਾ ਕਿਉਂਕਿ ਇਟ ਇਜ਼ ਗੋਇੰਗ ਟੂ ਬੈਨੀਫਿਟ ਮੀ, ਮੇਰੇ ਕੈਮਿਸਟਰੀ ਠੀਕ ਹੋ ਜਾਣੀ ਹੈ। ਹੁਣ ਅਗਲਾ ਬੰਦਾ ਨਾਈਸ ਹੋਏ ਨਾ ਹੋਏ, ਅਗਲਾ ਬੰਦਾ ਤੁਹਾਡੇ ਨਾਲ ਕਾਇੰਡ ਹੋਏ ਨਾ ਹੋਏ, ਤੁਹਾਨੂੰ ਰੈਸੀਪ੍ਰੋਕੇਟ ਕਰੇ ਨਾ ਕਰੇ, ਸ਼ਾਬਾਸ਼ ਦੇਵੇ ਨਾ ਕਰੇ, ਮੰਨੇ ਨਾ ਮੰਨੇ, ਤੁਹਾਡੀ ਇਨਸਲਟ ਕਰਨੋਂ ਨਹੀਂ ਮੁੜਦਾ ਨਾ ਮੁੜੇ, ਬਟ ਇਟ ਇਜ਼ ਯੂਅਰ ਓਨ ਵੈਲਿਊ ਸਿਸਟਮ ਵਿਚ ਇਜ਼ ਗੋਇੰਗ ਟੂ ਗਿਵ ਯੂ ਹੈਪੀ ਕੈਮੀਕਲਸ। ਹੁਣ ਤੁਹਾਡੀ ਖੁਸ਼ੀ ਵਾਸਤੇ, ਤੁਹਾਨੂੰ ਨਾਈਸ ਫੀਲ ਕਰਨ ਵਾਸਤੇ, ਸਭ ਤੋਂ ਪਹਿਲਾਂ ਕੰਮ ਕੀ ਹੈ? ਆਪਣੇ ਆਪ ਨੂੰ ਨਾਈਸ ਫੀਲ ਕਰਨਾ। ਵੀ ਆਰ ਸੈਲਫਿਸ਼ ਪੀਪਲ ਐਂਡ ਵੀ ਕਰੇਵ ਫੋਰ ਪੀਪਲ। ਤੁਹਾਨੂੰ ਪਤਾ ਹੈ ਕਿ ਸਾਡੇ ਅੰਦਰ ਇੱਕ ਭੁੱਖ ਹੈਗੀ ਹੈ ਇਨਸਾਨਾਂ ਨੂੰ ਲੈ ਕੇ, ਹਰ ਇੱਕ ਇਨਸਾਨ ਦੇ ਅੰਦਰ ਇੱਕ ਭੁੱਖ ਹੈ ਇੱਕ ਇਨਸਾਨ ਵਾਸਤੇ। ਅੱਛਾ, ਹੁਣ ਤੁਸੀਂ ਦੇਖੋ ਕਿ ਸਾਡੀ ਇੰਨੀ ਨੈਸੈਸਿਟੀ ਨੀਡ ਹੈ, ਐਂਡ ਜੇ ਉਹਨਾਂ ਇਨਸਾਨਾਂ ਦੇ ਵਿੱਚੋਂ ਵੀ ਚਲੋ ਚਾਹੀਦਾ ਤਾਂ ਹੈ ਸਾਰਿਆਂ ਨਾਲ ਕਾਇੰਡ ਹੋਈਏ, ਫਿਰ ਉਸ ਤੋਂ ਵੀ ਜ਼ਿਆਦਾ ਬੈਨੀਫਿਟ ਹੈ ਕਿ ਜੇ ਤੁਸੀਂ ਆਪਣੇ ਘਰਦਿਆਂ ਨਾਲ ਨਾਈਸ ਹੋ ਸਕੋ। ਜਿੱਥੇ ਕਿ ਸਾਨੂੰ ਪੈਟਰਨ ਇਹ ਸ਼ੁਰੂ ਤੋਂ ਬਣਿਆ ਹੁੰਦਾ ਕਿ ਬਚਪਨ ਤੋਂ ਹੀ ਇੱਕ ਬੰਦਾ ਤੁਹਾਨੂੰ ਬਹੁਤ ਜ਼ਿਆਦਾ ਮਤਲਬ ਕਰ ਰਿਹਾ ਹੁੰਦਾ ਤੁਹਾਡੇ ਵਾਸਤੇ, ਐਂਡ ਤੁਸੀਂ ਉਹਨੂੰ ਸਨੱਪ ਕਰ ਰਹੇ ਹੁੰਦੇ ਹੋ, ਤੁਸੀਂ ਉਹਨੂੰ ਕੋਂਸਟੈਂਟ ਇਨਸਲਟ ਕਰ ਰਹੇ ਹੁੰਦੇ ਹੋ, ਫੋਰ ਗ੍ਰਾਂਟਿਡ ਲੈਂਦੇ ਹੋ, ਤੁਸੀਂ ਉਹਦੀ ਇਨਸਲਟ ਕਰਦੇ ਰਹਿੰਦੇ ਹੋ, ਉਹ ਉਹਦੇ ਬਾਵਜੂਦ ਇਨਸਲਟ ਦੇ ਬਾਵਜੂਦ ਵੀ ਤੁਹਾਡੇ ਨਾਲ ਕਾਇੰਡ ਹੋਈ ਜਾਂਦਾ। ਅਸੀਂ ਮਾਪਿਆਂ ਦੀ ਇੰਨੀ ਇਨਸਲਟ ਕਰਦੇ ਹਾਂ, ਮਾਪੇ ਫਿਰ ਵੀ ਰਾਤੀ 11 ਵਜੇ ਤੱਕ 12 ਵਜੇ ਤੱਕ 1-1 ਵਜੇ ਤੱਕ ਜਾਗਦੇ ਰਹਿੰਦੇ ਆ, ਕਿੱਥੇ ਹੈ, ਕੀ ਹਾਲ ਹੈ, ਪੁੱਛ ਗਿਆ, ਬੁਖਾਰ ਉੱਤਰ ਗਿਆ, ਨਹੀਂ ਉੱਤਰ ਗਿਆ, ਗੋਲੀ ਦਵਾਈ ਖਾ ਲਈ ਕਿ ਨਹੀਂ ਖਾ ਲਈ, ਐਂਡ ਵੀ ਟੇਕ ਇਟ ਫੋਰ ਸੋ ਮਚ ਗ੍ਰਾਂਟਿਡ ਕਿ ਅਸੀਂ ਉਹਨਾਂ ਦੇ ਨਾਲ ਇੰਨਾ ਬੇਸ ਬਿਹੇਵ ਕਰਦੇ ਹਾਂ, ਐਂਡ ਵੀ ਮੇਕ ਇਟ ਏ ਪੁਆਇੰਟ ਕਿ ਕਲੈਸ਼ ਤੱਕ ਗੱਲ ਪਹੁੰਚ ਜਾਵੇ।
ਸਾਡੇ ਘਰਾਂ ਦੀ ਜਿਹੜੀ ਸਭ ਤੋਂ ਵੱਡੀ ਦੁਰਘਟਨਾ ਹੈ ਨਾ, ਉਹ ਕਲੈਸ਼ ਹੈ। ਐਂਡ ਅਸੀਂ ਜਾਣ ਬੁੱਝ ਕੇ ਡਿਸਓਬੀਡੀਅੰਸ ਕਰਦੇ ਹਾਂ, ਐਂਡ ਜਾਣ ਬੁੱਝ ਕੇ ਅਸੀਂ ਅਕਾਊਂਟੇਬਿਲਿਟੀ ਨਹੀਂ ਦਿੰਦੇ ਵੀ ਨਹੀਂ ਦੱਸਣਾ ਜੀ, ਮੈਂ ਕਿੱਥੇ ਆਇਆ, ਕਿਉਂ ਪੁੱਛਿਆ, ਮੈਂ ਕਿੱਥੇ ਪੈਸੇ ਖਰਚੇ, ਮੈਂ ਨਹੀਂ ਦੱਸਦਾ। ਇਟ ਇਜ਼ ਜਸਟ ਟੂ ਕ੍ਰੀਏਟ ਕਲੈਸ਼। ਇਹਨੂੰ ਕਹਿੰਦੇ ਐਡਿਕਸ਼ਨ। ਹੁਣ ਐਡਿਕਸ਼ਨ ਕਿਹਦੇ ਉੱਪਰ ਸਰਵਾਈਵ ਕਰ ਰਹੀ ਹੈ? ਇਸ ਚੀਜ਼ 'ਤੇ ਸਰਵਾਈਵ ਕਰ ਰਹੀ ਹੈ। ਹੁਣ ਬੇਸਿਕ ਵੰਡਾ ਅਸੀਂ ਦੇਖੋ ਕਿ ਜੇ ਤੁਸੀਂ ਇਹ ਸੋਚ ਲਓ ਕਿ ਤੁਹਾਨੂੰ ਗੱਲਬਾਤ ਇੰਨੀ ਸੋਹਣੀ ਕਰਨੀ ਹੋਏ ਕਿ ਤੁਸੀਂ ਕਲੈਸ਼ ਨਾ ਹੋਣ ਦਿਓ ਘਰ ਦੇ ਵਿੱਚ, ਇਹਦਾ ਮਤਲਬ ਹੈ ਕਿ ਯੂ ਆਰ ਇਨ ਦਾ ਰਿਕਵਰੀ ਪ੍ਰੋਗਰਾਮ।